ਬੜੀ ਆਪਣੇ ਪਿਆਰ ਮੁਹੱਬਤ ਨਾਲ ਤੱਕਣੇ ਸੋ ਸਪੈਸ਼ਲ ਇੱਕ ਲੈਟਰ ਵੀ ਵਿੱਚ ਕਸ਼ਮੀਰ ਟੀਵੀ ਨੇ ਨਾ ਤੂੰ ਜਨਾਬ ਇਹਨਾਂ ਲਿਖਿਆ ਦਿਹਾੜ ਕੱਢਣੀ ਬੜੀ ਮੁਸ਼ਕਲ ਹੋਈ ਜਾਣੀ ਹੈ ਤੇ ਕੰਮ ਵੀ ਨਹੀਂ ਹੋਣਾ ਹੁਣ ਸਿਗਾਰਿਆ ਅੰਦਰ ਆਈ ਜਾਏ ਵਿੱਚ ਫਾਸਲਾ ਜਿਹੜਾ ਉਸਨੇ 3 ਫੁੱਟ ਇਤਨੇ ਜ਼ਿਆਦਾ ਬੰਦੇ ਕਿਸ ਤਰ੍ਹਾਂ ਆਏ ਇਹ ਜਨਾਬ ਸਾਰੇ ਦੋਸਤ ਜਿਹੜੇ ਤੱਕਣੇ ਉਸ ਹੋਏ ਇਹ ਪੰਜਾਬ ਤੋਂ ਆਏ ਕਿਹੜੇ ਇਲਾਕੇ ਚੋਂ ਆਏ ਹੋ ਅਸਲਾਮ ਅਲੈਕੁਮ ਜੀ ਉਮੀਦ ਕਰਨਾ ਸੋ ਸਾਰੇ ਵੱਲੋਂ ਸੋ ਮੈਂ ਇਰਫਾਨ ਜ਼ਫਰ ਤੁਸੀਂ ਤੱਕ ਰਹੇ ਹੋ ਕਸ਼ਮੀਰ ਟੀਵੀ ਮਾਸ਼ਾਅੱਲਾ ਸੋ ਪਿਛਲੀ ਵੀਡੀਓ ਤੱਕ ਅਸੀਂ ਫਿਸ਼ ਕੁਕਿੰਗ ਇਨ ਮੰਗਲਾ ਡੈਮ ਨਾ ਮਾੜਾ ਮਤਲਬ ਹੈ ਕਿ ਮੰਗਲਾ ਡੈਮ ਨੀ ਜਿਹੜੀ ਹੈ ਨਾ ਫਿਸ਼ ਇੱਕ ਇਹ ਵਾ ਉਸਨੇ ਅੰਦਰ ਪਕਾਈ ਸੀ ਮਤਲਬ ਤੰਦੂਰਾ ਨੇ ਅੰਦਰ ਸਾ ਤੱਕਿਆ ਉਸੀ ਲੇਕਿਨ ਕੁਝ ਛੋਟੀਆਂ ਮੋਟੀਆਂ ਕਮੀਆਂ ਹਾਲੇ ਵੀ ਹਨ ਕਿਉਂਕਿ ਹਾਲੇ ਹੋਰ ਮਜ਼ੀਦ ਵਲੋਗ ਜਿਹੜੇ ਆਏ ਨੇ ਕੁਕਿੰਗ ਨੇ ਜਾਂ ਕਿ ਵਾ ਉਸਨੇ ਉੱਪਰ ਤੇ ਉਸ ਹਵਾਲੇ ਨਾਲ ਮੈਂ ਪਿਛਲੀ ਵੀਡੀਓ ਜ਼ਿਕਰ ਕੀਤਾ ਸੀ ਕਿ ਇੱਕ ਟੇਬਲ ਬਣਾਉਣਾ ਚਾਹੁੰਦਾ ਵਾਂ ਉੱਥੇ ਮੈਂ ਬੜਾ ਸੋਹਣਾ ਜਿਸਮ ਕੋਈ ਚੀਜ਼ ਰੱਖਿਆ ਅਗਰ ਕੱਟਣੀ ਆ ਵੈਸਾ ਤਾਂ ਈਜ਼ੀਲੀ ਕੱਟੀ ਕਿ ਨਾ ਇੱਕ ਟੇਬਲ ਤਾਂ ਅਸਾਂ ਬਣਾਇਆ ਮਿੱਟੀ ਨਾ ਜਿਸਨੇ ਉੱਪਰ ਅਸਾਂ ਬਹਿ ਕਿਆ ਤਾਂ ਖਾਣੇ ਪੀਣੇ ਆ ਉੱਥੇ ਸਾਰਾ ਕੋਈ ਰੱਖੀ ਕਿਆ ਆਪਣਾ ਲੇਕਿਨ ਇੱਕ ਟੇਬਲ ਹੋਣਾ ਚਾਹੀਦਾ ਜਿਹੜਾ ਤੰਦੂਰਾਂ ਨੇ ਕੋਲ ਬਹਿ ਕਿਆ ਤੇ ਜਿਸਨੇ ਉੱਪਰ ਕਟਿੰਗ ਕਰੀ ਸਕਾਂ ਅਸਾਂ ਜਾਂ ਜੋ ਵੀ ਅਸਾਂ ਚੀਜ਼ ਪਕਾਉਣੀ ਆ ਉਸ ਹਵਾਲੇ ਨਾਲ ਨਾ ਉਸ ਟੇਬਲ ਕਿ ਇਸਤੇਮਾਲ ਕਰੀ ਸਕਾਂ ਤਾਂ ਹੋਰ ਛੋਟੀਆਂ ਮੋਟੀਆਂ ਕਮੀਆਂ ਨੇ ਉੱਥੇ ਉਹ ਵੀ ਦੂਰ ਕਰ ਸਾ ਜਨਾਬੇ ਵਾਲਾ ਤੇ ਆਈ ਜਾਓ ਤੇ ਤੱਕੋ ਕਿ ਕਿਸ ਤਰ੍ਹਾਂ ਜਨਾਬ ਮੈਂ ਆਪਣੀ ਤੁਸਾਂ ਕੀ ਕਾਰਗਰੀ ਦੱਸੀ ਕਿ ਇਨਸ਼ਾਅੱਲਾ ਤੇ ਟੇਬਲ ਇੱਕ ਖੂਬਸੂਰਤ ਜਿਹਾ ਉੱਥੇ ਜੁਲੀ ਕੇ ਤਿਆਰ ਕਰਨਾ ਵਾ ਤੇ ਆਪਾਂ ਆੜੂਗੇ ਸ਼ਹਿਜ਼ਾਦੀ ਜੈਸਾ ਟੇਬਲਾਂ ਜਾਂ ਮਟੀਰੀਅਲ ਆ ਜੋ ਕਿ ਉੱਥੇ ਕਰਨਾ ਉਹ ਲੱਦੀ ਕਿੰਨੇ ਆ ਤੇ ਇਸ ਕੀ ਨਹੀਂ ਕਿਹਾ ਤੇ ਸਿੱਧੇ ਜੁਲਨੇ ਆ ਬੁਨਗਾਰ ਐਪ ਪਰ ਚਾਹੇ ਪਾੜੂਗੀ ਸ਼ਹਿਜ਼ਾਦੀ ਕੀ ਨਜ਼ਰ ਮਾਰੋ ਹਾਂ ਲਸ਼ 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 ਕਰਨੀ ਹੈ ਵੀ ਜਨਾਬ ਵਾਲਾ ਸਹੀ ਚਮਕ ਚਮਕ ਮਾਰਨਾ ਇਸ ਨਾਲ ਰੰਗ ਪਿਆ ਸਹੀ ਤੁਪੈਨੇ ਨਾਲ ਜਿਹੜੇ ਨਾ ਬਾਂਸ ਅਸਾਂ ਕੀ ਚਾਹੀਦੇ ਉਸ ਟੇਬਲ ਬਣਾਉਣੇ ਵਾਸਤੇ ਬਾਂਸਾਂ ਨਾਲ ਟੇਬਲ ਬਣ ਸੀ ਲੇਕਿਨ ਉਸੀ ਯੂਨੀਕ ਸਟਾਈਲ ਨਾਲ ਟੇਬਲ ਜਨਾਬ ਘੱਟ ਘੱਟ ਟੇਬਲ ਸੋ ਤੱਕੇ ਉਸ ਤੇ ਬਾਂਸ ਕੋਠੀ ਜੋ ਅਸਾਂ ਚਾਹ ਤਾਂ ਗੱਡੀ ਬੜ ਲੱਦੀ ਗਿਆ ਬੁਨ ਜੋਲ ਸਾਂ ਲੇਕਿਨ ਥੋੜ੍ਹੇ ਜਿਹੇ ਪੀਸ ਕਰਨੇ ਪੈ ਸਕ ਪਹਿਲਾਂ ਬਾਂਸ ਤਿਆਰ ਹੋ ਗਏ ਤੇ ਰੱਖਣੇ ਆਪਾਂ ਗੱਡੀ ਨੇ ਇਸ ਟਾਈਮ ਜਨਾਬ ਪਾਣੀ ਮੰਗਲਾ ਡੈਮ ਨਾਲ ਜਿਹੜਾ ਨਾ ਇਹ ਬਿਲਕੁਲ ਤੱਕ ਨਾ ਉਸੋ ਪੀਲਾ ਪੀਲਾ ਹੋਇਆ ਵੈ ਔਰ ਬਹੁਤ ਹੀ ਸਪੀਡਾਂ ਦੇ ਨਾਲ ਅੱਪਰ ਆ ਹੀ ਰਿਹਾ ਵੈ ਤਕਰੀਬਨ ਗਾਰਾ ਤੋਂ ਹਾਲੇ ਥੋੜ੍ਹਾ ਦੂਰ ਹੈ ਲੇਕਿਨ ਪੁੱਜੀ ਅੱਛੀ ਹੈ ਕੁਝ ਦਿਹਾੜਿਆਂ ਤੱਕ ਗਾਰਾ ਤੱਕ ਵੀ ਤਾਂ ਫਿਰ ਇਹ ਸੈਟਅਪ ਜਿਹੜਾ ਸਾਰਾ ਮਿਸ਼ਾ ਕਿ ਅੱਲਾ ਸੋਹਣੇ ਨੇ ਵਾਲਾ ਹੋ ਜਾਸੀ ਬਹਰਹਾਲ ਜਦ ਤੱਕ ਇਹ ਹੈ ਵੈ ਕਾਇਮ ਤਬ ਤੱਕ ਅਸਾਂ ਇੱਥੇ ਇਨਸ਼ਾਅੱਲਾ ਅਮੇਜ਼ਿੰਗ ਵੀਡੀਓ ਇਸੇ ਤਰ੍ਹਾਂ ਬਣਾਈ ਕਿਆ ਤੁਸੀਂ ਕਿੱਦਾਂ ਸੁਨਹਿਰੇ ਸਾਂ ਇੱਕ ਟੇਬਲ ਸਾਡਾ ਐਦਾ ਵੈ ਲੇਕਿਨ ਅਸਾਂ ਕੀ ਇੱਕ ਟੇਬਲ ਚਾਹੀਦਾ ਵੈ ਜਿਹੜਾ ਜਿੱਥੇ ਅਸਾਂ ਕੁਕਿੰਗ ਕਰਨੇ ਆ ਨਾ ਸਪੈਸ਼ਲੀ ਜਿਹੜਾ ਇਹ ਤੰਦੂਰ ਤੱਕਣੇ ਹੋ ਪਿਆ ਤੰਦੂਰ ਹੈ ਸਾਡਾ ਇੱਥੇ ਇੱਕ ਟੇਬਲ ਬਾਹਰ ਹੋਣਾ ਚਾਹੀਦਾ ਜਿੱਥੇ ਅਸਾਂ ਆਰਾਮ ਨਾਲ ਕੋਈ ਕੱਪੀ ਟੁੱਕੀ ਸਕਾਂ ਚੀਜ਼ ਟੇਬਲ ਐਸਾ ਚਾਹੀਦਾ ਵੈ ਜਿਹੜਾ ਇਸ ਗਾਰਿਆ ਨੇ ਅੰਦਰ ਵੀ ਮੁੜੀ ਕੇ ਟਿਕੀ ਜਾ ਕੀ ਅੱਗੇ ਬਾਹਰ ਜਿਹੜਾ ਵੈ ਨਾ ਇਹ ਬਾਰਿਸ਼ਾਂ ਨਾਲ ਸਾਰਾ ਖਰਾਬ ਹੋਈ ਜਾ ਸੀ ਲਿਹਾਜ਼ਾ ਪਹਿਲੇ ਤੱਕ ਕੇ ਟੇਬਲਾਂ ਨੇ ਕਿਤਨੀ ਚੌੜਾਈ ਹੋਣੀ ਚਾਹੀਦੀ ਹੈ ਜਿਹੜਾ ਇਸ ਗਾਰਿਆ ਅੰਦਰ ਆਈ ਜਾਏ ਬਹੁਤ ਹੀ ਪਿਆਰੀ ਜਨਾਬ ਵਾਲਾ ਇੱਥੇ ਖਾਮੋਸ਼ੀ ਸਾਹਮਣੇ ਤੂੰ ਮਛੂਏ ਜਾਈ ਰਹੇ ਆਰਾਮ ਸਕੂਨ ਨੇ ਨਾਲ ਫੁੱਲ ਪਿਆਰਾ ਔਰ ਖੂਬਸੂਰਤ ਵਿਊ ਹੈ ਨਜ਼ਰ ਮਾਰੋ ਹਾਂ ਡੈਮ ਨਾਲ ਇਸ ਲੈ ਜਿੱਧਰ ਵੀ ਤੱਕੋ ਤਾਂ ਪੀਸਫੁੱਲ ਮਾਹੌਲ ਹੈ ਔਰ ਡੈਮ ਤੱਕੋ ਕਿ ਕਿਤਨੇ ਕੋਲ ਪੁੱਜੀ ਆਇਆ ਵੈ ਇਹਦਾ ਸਾਡੇ ਕੋਲ ਬਿਲਕੁਲ ਆਈ ਗਿਆ ਵੈ ਸਾਡੇ ਘਰ ਨੇ ਬੂਹੇ ਗਿਆ
ਇਨਸ਼ਾਅੱਲਾ ਬੜਾ ਖੂਬਸੂਰਤ ਹੋ ਸੀ ਅੱਲਾ ਨੇ ਫਜ਼ਲ ਓ ਕਰਮ ਨੇ ਨਾਲ ਯੂਨੀਕ ਟੇਬਲ ਹੋ ਸੀ ਜਨਾਬ ਹੈਂਡਮੇਡ ਟੇਬਲ ਜਿਹੜਾ ਕਿ ਮੈਂ ਆਪਣੇ ਹੱਥਾਂ ਨਾਲ ਜਨਾਬ ਬਣਾਸਾਂ ਸਭ ਤੋਂ ਪਹਿਲੇ ਜਿਹੜਾ ਨੇ ਬਾਂਸ ਬਹੁਤ ਲੰਬੇ ਇਹਨਾਂ ਦੀਆਂ ਲੱਤਾਂ ਜਿਹੜੀਆਂ ਨਾ ਬਾਂਸਾਂ ਦੀਆਂ ਇੱਕ ਜਿਹੀਆਂ ਬਰਾਬਰ ਕੱਟਣੀਆਂ ਨੇ ਤਾਂ ਕਿ ਜਾਂ ਬੈਲੈਂਸ ਹੈ ਨਾ ਉਹ ਬਰਾਬਰ ਰਵੇ ਟੇਬਲਾਂ ਦੀ ਔਰ ਉੱਚਾਈ ਵੀ ਚਾਰੇ ਲੱਤਾਂ ਕੱਪਣ ਗਈਆਂ ਇੱਕ ਜਿਹੀਆਂ ਨਜ਼ਰ ਮਾਰੋ ਹਮਾਰ ਲੱਕਾ ਇਤਨੇ ਅਛੜੀਆਂ ਨੇ ਇਸ ਤਰ੍ਹਾਂ ਯਾਨੀ ਕਿ ਨਾ ਉੱਚਾ ਟੇਬਲ ਹੋ ਸੀ ਜਿਸ ਨੇ ਉੱਪਰ ਅਸਾਂ ਟਕ 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 ਕਰਸਾਂ ਜਨਾਬ ਤਾਂ ਗਰਮੀ ਇਤਨੀ ਜ਼ਿਆਦਾ ਹੈ ਨਾ ਕਿ ਓਏ ਹੋਏ 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 ਕਿਆ ਹੀ ਮਜ਼ੇਦਾਰ ਹੈ ਜਨਾਬ ਵਾਲਾ ਧੁੱਪ ਇਸ ਲਈ ਰੰਗ ਸਹੀ ਆ ਚਿੱਟਾ ਕਰਸੀ ਮਾੜਾ ਪਿੱਲਰ ਜਿਹੜੇ ਨੇ ਉਹ ਚਾਰੇ ਟੇਬਲਾਂ ਨੇ ਕੱਪਣ ਗਏ ਨੇ ਹੁਣ ਜਿਹੜੇ ਫੱਟੇ ਲੱਗ ਸਨ ਅਸੀਂ ਸਪੋਰਟ ਵਾਸਤੇ ਹੁਣ ਉਹਨਾਂ ਦੀ ਵਾਰੀ ਹੈ ਜਨਾਬ ਕੱਪਣੇ ਨਹੀਂ ਹੁਣ ਇਸ ਟੇਬਲਾਂ ਕੀ ਜੁਆਇੰਟ ਕਰਨ ਦਾ ਟਾਈਮ ਆ ਹੀ ਗਿਆ ਵੈ ਤਾਂ ਕਿ ਇਹ ਸਹੀ ਮਜ਼ਬੂਤ ਟੇਬਲ ਬਣਾ ਹੁਣ ਦੋ ਦੋ ਪਿੱਲਰ ਇਸਨੇ ਕਰੀ ਕਿਆ ਨਾ ਇਹ ਜੋੜ ਸਾਂ ਤਾਂ ਕੋਹਾ ਜਨਾਬ ਕਿਤਨੇ ਖੂਬਸੂਰਤ ਅੰਦਾਜ਼ ਵਿੱਚ ਦੋ ਪਿੱਲਰ ਜਿਹੜੇ ਨੇ ਇਹ ਜੁਆਇੰਟ ਹੋਈ ਗਏ ਡਰਿੱਲਾਂ ਨਾਲ ਕਿਤਨੇ ਸੋਹਣੇ ਕਾਬਲੇ ਲੱਗੀ ਗਏ ਕਿਤਨੇ ਮਜ਼ਬੂਤ ਇਨਸ਼ਾਅੱਲਾ ਇਹ ਲੜ ਵੀ ਨਹੀਂ ਲੇ ਹੁਣ ਇਹ ਅਜੇ ਦੋ ਹੋਰ ਤਿਆਰ ਕਰਨੇ ਨੇ ਇਨਸ਼ਾਅੱਲਾ ਦਵਾਂ ਟੇਬਲਾਂ ਕੀ ਚਵਾਂ ਡੰਡਿਆਂ ਕੀ ਤੱਕੋ ਹਾਂ ਆਪਸ ਵਿੱਚ ਮਜ਼ਬੂਤੀ ਨੇ ਨਾਲ ਫੱਟੇ ਲੱਗੀ ਗਏ ਇੱਕ ਸ਼ੇਪ ਨੇ ਵਿੱਚ ਆਈ ਗਏ ਹੁਣ ਇਹਨਾਂ ਕੀ ਜਿਹੜਾ ਵੈ ਨਾ ਤਰੇ ਫੁੱਟ ਤਕਰੀਬਨ ਫਾਸਲੇ ਵਿੱਚ ਨਾ ਇਹਨਾਂ ਕੀ ਜੁਆਇੰਟ ਕਰਨਾ ਵੈ ਆਪਸ ਫਾਸਲਾ ਜਿਹੜਾ ਉਸ ਨੇ ਤਰੇ ਫੁੱਟ ਨਾ ਉਸੀ ਲੇਕਿਨ ਉੱਚਾਈ ਤੱਕ ਹੁਣ ਠੀਕ ਹੈ ਇਹਨਾਂ ਨਹੀਂ ਤੁਸੀਂ ਕਹਿਣੇ ਹੋ ਮਜ਼ੀਦ ਹੁਣ ਇਹਨਾਂ ਕੀ ਇਨਸ਼ਾਅੱਲਾ ਇੱਥੋਂ ਇੱਕ ਇੱਕ ਡੰਡਾ ਲੱਗ ਸੀ ਫਿਰ ਇੱਥੋਂ ਇੱਕ ਇੱਕ ਫਿਰ ਇਹ ਜੁਆਇੰਟ ਹੋਈ ਜਾ ਸਣਾ ਆਪਸ ਨੇ ਵਿੱਚ ਅੱਲਾ ਖੈਰ ਕੀਤੀ ਤੇ ਧੁੱਪ ਬਹੁਤ ਜ਼ਿਆਦਾ ਸੀ ਤਾਂ ਮੈਂ ਆ ਗਿਆ ਤਾਂ ਪਾਰਟ ਪਿਆ ਚੋਂ ਆਉਣ ਲੱਗੇ ਆ ਵਾਂ ਜਨਾਬ ਮੈਂ ਕਿਹਾ ਕਿ ਚਾਹ ਪੀਣੇ ਆ ਭੱਡਿਆਂ ਨੇ ਦੁੱਧਾਂ ਨਹੀਂ ਨਾਲੇ ਬ੍ਰੇਕ ਕਰਸਾਂ ਇਸਲੇ ਬਾਹਰ ਜਿਹੜਾ ਵੈ ਨਾ ਬਹੁਤ ਤੇਜ਼ ਕਿਸਮ ਦੀ ਧੁੱਪ ਹੈ ਜਨਾਬ ਤੇ ਭੱਡਾਂ ਨੇ ਦੁੱਧਾਂ ਨੇ ਚਾਹ ਤੋਂ ਬਗੈਰ ਨਾ ਫਿਰ ਦਿਹਾੜ ਕੱਢਣੀ ਬੜੀ ਮੁਸ਼ਕਲ ਹੋਈ ਜਾਣੀ ਹੈ ਤੇ ਕੰਮ ਵੀ ਨਹੀਂ ਹੋਣਾ ਹੁਣ ਭੱਡਾਂ ਨੇ ਦੁੱਧਾਂ ਨੇ ਚਾਹ ਨਾਲ ਚਸਕਾ ਪਏ ਆ ਜਨਾਬ ਤੇ ਇਹਦਾ ਫੌਰਨ ਜਿਹੜਾ ਵੈ ਨਾ ਚਾਹ ਬਣਾਉਣੇ ਆ ਭੱਡਾਂ ਨੇ ਦੁੱਧ ਹੈ ਜੀ ਥੋੜ੍ਹਾ ਜਿਹਾ ਪਾਣੀ ਬਸ ਆਖਿਆ ਕਿ ਭੱਡਾਂ ਨੇ ਜਿਹਾ ਦੁੱਧ ਹੈ ਨਾ ਇਹ ਬਹੁਤ ਹੀ ਜ਼ਿਆਦਾ ਗਾੜਾ ਹੋਣਾ ਤਾਂ ਕੋਹਾਂ ਗਾਰਿਆਂ ਨੇ ਅੰਦਰ ਛੱਤ ਬਾਣੇ ਨਾਲ ਇਹ ਆ ਕਿ ਠੰਡਕ ਜ਼ਿਆਦਾ ਹੋ ਗਈ ਹੈ ਤਾਂ ਰੋਸ਼ਨੀ ਉਸੇ ਤਰ੍ਹਾਂ ਵੈ ਸ਼ੀਸ਼ੇ ਤੋਂ ਥੋੜ੍ਹ ਜਿਹੀ ਘੱਟ ਹੈ ਰੋਸ਼ਨੀ ਲੇਕਿਨ ਚਲੋ ਐਟਲੀਸਟ ਇਹ ਤੋਂ ਕੋਈ ਨਾ ਡਰ ਹੋਏ ਇਹ ਛੱਤ ਹੁਣ ਟੁੱਟ ਸੀ ਓਪਨ ਵੀ ਹੈ ਵੈ ਔਰ ਬਾਰਿਸ਼ ਵੀ ਨਹੀਂ ਇਨਸ਼ਾਅੱਲਾ ਗਾਰਿਆਂ ਨੇ ਅੰਦਰ ਅੱਛਣ ਲਈ ਇਹ ਜਾਂ ਚੁੱਲ੍ਹਾ ਵੈ ਗਾਰਿਆਂ ਨੇ ਅੰਦਰ ਇਹ ਬੜੀਆਂ ਪਾਰਟੀਆਂ ਵਾਸਤੇ ਅਸਾਂ ਰੱਖਿਆ ਕੋਈ ਸਪੈਸ਼ਲ ਚੀਜ਼ ਬਣਾਉਣੀ ਆਵੇ ਤਾਂ ਜਿਹੜਾ ਅਸਾਂ ਚਾਹ ਬਣਾਉਣੀ ਆਵੇ ਉਹਲੇ ਅਸਾਂ ਨੇ ਜਾਂ ਛੋਟਾ ਚੁੱਲ੍ਹਾ ਜਨਾਬ ਕੁਇਕਲੀ ਗੈਸਾਂ ਦੀ ਬੋਤਲ ਨਾਲ ਲਾਓ ਤੇ ਦੋ ਤਰੇ ਮਿੰਟਾਂ ਦੇ ਅੰਦਰ ਚਾਹ ਬਣਾਓ ਤੇ ਪੀਓ
ਮਾਈ ਗਿਆ ਵੈ ਇਸ ਟੇਬਲ ਕੀ ਜਨਾਬ ਵਾਲਾ ਜੋੜਨੇ ਨਾ ਤੇ ਇਸ ਲੰਬਾਈ ਜਿਹੜੀ ਆ ਨੇ 3 ਫੁੱਟ ਹੋ ਸੀ ਯਾਨੀ ਕਿ ਅਪਰੂ ਜਿਹੜਾ ਟੇਬਲ ਨਾ ਫਰਸ਼ ਹੋ ਸੀ ਨਾ ਉਹ 3 ਫੁੱਟ ਮੈਂ ਇਤਨਾ ਬੜਾ ਨਹੀਂ ਰੱਖਿਆ ਹੁਣ ਸਾਰੀ ਸਾਈਡ ਡਰਿੱਲਾਂ ਨਾਲ ਮੋਰ ਕਰਸਾਂ ਔਰ ਉਸ ਤੋਂ ਬਾਅਦ ਜਿਹੜਾ ਨਾ ਬੜੇ ਨਟ ਲਾ ਸਾਂ ਤਾਂ ਕਿ ਟੇਬਲ ਜਿਹੜਾ ਵੈ ਨਾ ਜਿਲੈ ਇਹਨੇ ਵੈ ਕੋਈ ਚੀਜ਼ ਉੱਪਰ ਕੱਟਣੇ ਆਵਾਂ ਤਾਂ ਧੜਲ ਕਰਨਾ ਥੱਲੇ ਪਵੇ ਤਾਂ ਉੱਥੇ ਜਨਾਬ ਵਾਲਾ ਤਬਾਹੀ ਹੋਈ ਜਾਏ ਮਾਸ਼ਾਅੱਲਾ ਦਵਾਂ ਸਾਈਡ ਇਸ ਕੀ ਨਾ 8 ਸਰਾਖ ਹੋਏ ਸਾਰੀਆਂ ਬਾਂਸਾਂ ਕੀ ਹੁਣ ਜਿਸ ਤਰ੍ਹਾਂ ਕਿ ਮੈਂ ਦੱਸਿਆ ਸੀ 3 ਫੁੱਟ ਨਾਲ ਫਰਕ ਹੋ ਸੀ ਹੁਣ ਹੀ ਨਹੀਂ ਆਪਸ ਨੇ ਜੁਆਇੰਟ ਕਰਨਾ ਵਾ ਔਰ ਜੁਆਇੰਟ ਕਰਨ ਵਾਸਤੇ ਇਸ ਤੋਂ ਤਕੜਾ ਸੋ ਇੱਕ ਮੋਟਾ ਕਾਬਲਾ ਕਾਫੀ ਲੰਬਾ ਇਸ ਨੇ ਨਾਲ ਮੈਂ ਜੁਆਇੰਟ ਕਰ ਸਾਂ ਤਾਂ ਕਿ ਟੇਬਲ ਖੁੱਲ੍ਹਾ ਨਾ ਬੜਾ ਜ਼ਬਰਦਸਤ ਅੰਦਾਜ਼ ਹੀ ਜਨਾਬ ਟੇਬਲ ਮਾਸ਼ਾਅੱਲਾ ਜੁੜਿਆ ਇਹ ਤਾਂ ਹੁਣ ਮਾੜੀ ਟੈਨਸ਼ਨ ਥੋੜ੍ਹੀ ਜਿਹੀ ਹੌਲੀ ਹੋਈ ਗਈ ਹੈ ਵਾ ਇਹ ਟੇਬਲ ਥੋੜ੍ਹਾ ਜਿਹਾ ਖਲੀ ਤਾਂ ਗਿਆ ਨਾ ਇੱਕ ਜਗ੍ਹਾ ਹੁਣ ਬਸ ਦੂਆ ਡੰਡਾ ਲਾ ਸਾਂ ਅਤੇ ਇੱਕ ਜਾ ਖਲੀ ਤਾਂ ਜਾ ਸੀ ਨਾ ਆਰਾਮ ਸਕੂਨ ਨਾਲ ਤਾਂ ਕਹੋ ਹਾਂ ਮਾਸ਼ਾਅੱਲਾ ਕਿਤਨਾ ਬਿਹਤਰੀਨ ਟੇਬਲ ਤਿਆਰ ਹੋਇਆ ਜਨਾਬ ਹਾਲੇ ਇਨ ਪ੍ਰੋਸੈਸ ਹੈ ਟੇਬਲ ਤਾਂ ਮੈਂ ਬੜਾ ਸੋਹਣਾ ਬਣਾਈ ਖੜਿਆ ਸੀ ਲੇਕਿਨ ਬੈਟਰੀ ਖਤਮ ਹੋਈ ਹੈ ਡਰਿੱਲ ਹੈ ਨਹੀਂ ਕਿਉਂਕਿ ਸਟਿਲ ਤੱਕੜੇ ਸੋ ਇਹਨੇ ਜੇ ਜਿਹੜੀ ਮੂਵਮੈਂਟ ਹੈ ਨਾ ਇਹ ਮੈਂ ਨਾ ਚਾਹਣਾ ਕਿ ਰਵੇ ਅਗਰ ਇਹ ਮੂਵਮੈਂਟ ਰਹੀ ਨਾ ਤਾਂ ਜਿਹੜੀ ਵੀ ਚੀਜ਼ ਉੱਪਰ ਰੱਖਸਾਂ ਟੇਬਲ ਇੱਕ ਸਾਈਡ ਭੱਜੀ ਜਾ ਸੀ ਜਾਂ ਉਸ ਸਾਈਡ ਹੁਣ ਇਸ ਸੈਂਟਰ ਵਿੱਚ ਐਕਸਟਰਾ ਬਾਂਸ ਲੱਗ ਸਨ ਸਪੋਰਟਾਂ ਉਸੇ ਤਰ੍ਹਾਂ ਨੱਟ ਜਿਹੜਾ ਕਿ ਇਸਨੇ ਅੰਦਰ ਇਹ ਫਲੈਕਸੀਬਿਲਟੀ ਹੈ ਨਾ ਮਤਲਬ ਲਚਕ ਹੈ ਇਹ ਖਤਮ ਕਰਨੀ ਹੈ ਇਸਨੇ ਹੁਣ ਡਰਿੱਲ ਗਈ ਹੈ ਖਤਮ ਹੋਈ ਤਾਂ ਜੁਲਸਾਂ ਕਾਰ ਤਾਂ ਚਾਰਜ ਕਰੀ ਕਿਹਾ ਨਾ ਠੀਕ 2 ਘੰਟੇ ਬਾਅਦ ਮੁੜਸਾ ਭਾਵੇਂ ਅੱਜ ਸ਼ਾਮ ਹੋਈ ਜਾ ਲੇਕਿਨ ਇਨਸ਼ਾਅੱਲਾ ਜਿਹੜਾ ਨਾ ਟੇਬਲ ਪੂਰਾ ਤੁਸਾਂ ਕਿ ਤਿਆਰ ਕਰੀ ਕਿਹਾ ਦੱਸਣਾ ਭਾਵੇਂ ਰਾਤ ਕੀਆਂ ਨਾ ਵਿੱਚ ਹੋਈ ਜਾ ਤਾਂ ਕਹੋ ਹਾਂ ਹੁਣ ਬਿਲਕੁਲ ਧੁੱਪ ਛੁੱਪ ਗਈ ਸੂਰਜ ਵੀ ਗਿਆ ਸ਼ਾਮ ਨਾ ਖੂਬਸੂਰਤ ਮੰਜ਼ਰ ਤਾਂ ਮੈਂ ਵੀ ਵਾਪਸ ਆਈ ਗਿਆ ਵਾਂ ਬੈਟਰੀਆਂ ਚਾਰਜ ਕਰੀ ਕੇ ਡਰਿੱਲ ਮਸ਼ੀਨ ਹੈ ਨਹੀਂ ਅੱਲਾ ਖੈਰ ਕਰਨ ਅੱਲਾ ਖੈਰ ਕਰਨ ਸ਼ਾਮ ਤੋਂ ਪਹਿਲੇ ਪਹਿਲੇ ਅੱਜ ਮਕਾਨਾ ਕੰਮ ਹੈ ਕੀ ਅੱਜ ਸਾਰੀ ਦਿਹਾੜ ਲੱਗੀ ਗਈ ਹੈ ਇਸ ਟੇਬਲ ਕੀ ਬਣਾਉਣੇ ਹੋ ਲੇਕਿਨ ਅਲਹਮਦੁਲਿਲਾ ਬਿਹਤਰੀਨ ਟੇਬਲ ਬਣਤਾ ਹੁਣ ਤੱਕ ਕੋਈ ਫਲੈਕਸੀਬਿਲਟੀ ਨਹੀਂ ਇਸ ਵਿੱਚ ਮਤਲਬ ਕਿ ਖਾਲੀ ਜਗ੍ਹਾ ਉੱਚੀ ਨਹੀਂ ਹੈ ਵੈ ਲੇਕਿਨ ਜਿਲ੍ਹਾ ਇਹ ਟਿੱਗੀ ਜਾ ਸਕਿਆ ਇਹਦਾ ਕੋਈ ਇਹ ਲੜ ਨਹੀਂ ਲਾ ਕੁਝ ਕੱਖ ਵੀ ਨਹੀਂ ਜਿਤਨਾ ਮਰਜ਼ੀ ਇਹਨੇ ਵਜ਼ਨ ਪਾਓ ਇਸ ਤਰ੍ਹਾਂ ਪਹਿਲੇ ਇੱਧਰ ਉੱਧਰ ਜਾਣਾ ਸੀ ਉਹ ਵੀ ਕੋਣੀ ਹਰ ਸਾਡੂ ਮਾਸ਼ਾਅੱਲਾ ਮਜ਼ਬੂਤ ਹੈ ਹੁਣ ਇਸ ਨਾਲ ਆਪਣਾ ਏਰੀਆ ਰਹੀ ਗਿਆ ਵੈ ਇਸ ਕੀ ਤੱਕਣੇ ਜੋ ਕਿਸ ਤਰ੍ਹਾਂ ਡਿਜ਼ਾਇਨ ਕਰਸਾਂ ਜ਼ਹਿਰੀ ਗੱਲ ਹੈ ਅਸਲ ਮੇਨ ਜਗ੍ਹਾ ਤਾਂ ਇਹ ਹੈ ਨਾ ਜਿੱਥੇ ਜਨਾਬ ਵਾਲਾ ਕੋਈ ਚੀਜ਼ ਬੰਦਾ ਕੱਟਣਾ ਵੈ ਤੇ ਇਹ ਹੈ ਕਿ ਇਸ ਗਾਰ ਹੈ ਤੂੰ ਲਾਵਾ ਵੀ ਇਹ ਟੇਬਲ ਅਸੀਂ ਕੰਮ ਦੇਈ ਜਾ ਸੀ ਜਿੱਥੇ ਮਰਜ਼ੀ ਆਸਾਂ ਕੁਦਰੇ ਕੈਂਪਿੰਗ ਕਰਾਂ ਜਾਂ ਇੱਥੇ ਹੀ ਜਿਲ੍ਹਾ ਕੁਕਿੰਗ ਕਰਨੀ ਆ ਕੁਦਰੇ ਡਿਫਰੈਂਟ ਏਰੀਏ ਵਿੱਚ ਵੀ ਤੇ ਮਾਸ਼ਾਅੱਲਾ ਇਹ ਤਾਂ ਬਿਹਤਰੀਨ ਹੋਈ ਗਿਆ ਵੈ ਮਾਸ਼ਾਅੱਲਾ ਜੀ ਮਸਜਿਦ ਤੋਂ ਤੱਕਣੇ ਉਸ ਹੋ ਕੇ ਮੈਂ ਕੱਲ੍ਹ ਉਹ ਕੰਮ ਲੱਗੇ ਆਸਾਂ ਲੇਕਿਨ ਅਚਾਨਕ ਇਤਨੇ ਜ਼ਿਆਦਾ ਬੰਦੇ ਕਿਸ ਤਰ੍ਹਾਂ ਆਏ ਇਹ ਜਨਾਬ ਸਾਰੇ ਦੋਸਤ ਜਿਹੜੇ ਤੱਕਣੇ ਉਸ ਹੋਏ ਇਹ ਪੰਜਾਬ ਤੋਂ ਆਏ ਕਿਹੜੇ ਇਲਾਕੇ ਚੋਂ ਆਏ ਹੋ ਪੂਰਾ ਵਿਹਾੜੀ ਜਨਾਬ ਉਹ ਬੜੇ ਦੂਰ ਹੈ ਨੇੜੇ ਵੈ ਮੈਂ ਤੱਕਿਆ ਜਨਾਬ ਪੂਰਾ ਵਿਹਾੜੀ ਗਿਆ ਵਾ ਉਲਾ ਮੈਂ ਨਿੱਕਾ ਜਿਹਾ ਬੱਚਾ ਹੁੰਦਾ ਸਮੋਲ ਬੇਬੀ ਕਿਊਟ ਜਿਹਾ ਤੇ ਉਲਾ ਸਾ ਪਤਾ ਨੀ ਕਿਆ ਗਏ ਸਾਂ ਬਹਰਹਾਲ ਜਨਾਬ ਇਹ ਸਪੈਸ਼ਲ ਤੱਕੋ ਕਿ ਆਪਣੀ ਪਿਆਰ ਮੁਹੱਬਤ ਨਾਲ ਮਾੜੇ ਕੋਲ ਆਏ ਨੇ ਇਹ ਪਿਛਲੇ ਸਾਲ ਆਏ ਸਨ ਮਾਸ਼ਾਅੱਲਾ ਸਾਡੀ ਕਣਕ ਫਸਲ ਜਿਲ੍ਹਾ ਹੋਣੀ ਹਰ ਸਾਲੋ ਸਾਲ ਅੱਛਣੇ ਸਾਡੇ ਕੋਲ ਤੇ ਵੀਡੀਓ ਸ਼ੀਡੀਓ ਵੀ ਤੱਕਣੇ ਰਹਿਣੇ ਤਾਂ ਅੱਜ ਸਪੈਸ਼ਲ ਜਨਾਬ ਮਾੜੇ ਵਾਸਤੇ ਤੋਹਫਾ ਇਨਕਾ ਇਨਕਣਕਾਂ ਦਾ ਸੀਜ਼ਨ ਵੀ ਆਈ ਗਿਆ ਤੇ ਬੜਾ ਇਹਨਾਂ ਆਪਣਾ ਪਿਆਰ ਮੁਹੱਬਤ ਨਾਲ ਇਜ਼ਹਾਰ ਕੀਤਾ ਕੋਈ ਬੰਦਾ ਪਿਆਰ ਨਾਲ ਇਜ਼ਹਾਰ ਕਰਨਾ ਚਾਹ ਕੇ ਅਮਰੇ ਗਏ ਤੁਸਾਂ ਚੋ ਜੀ ਬਿਲਕੁਲ ਜੀ ਸਾਡਾ ਬਹੁਤ ਹੀ ਗਿਫਟ ਜਿਹੜਾ ਨਾ ਸਾਡੇ ਪੰਜਾਬ ਦਾ ਮਾਸ਼ਾਅੱਲਾ ਅਸੀਂ ਤੁਸਾਂ ਦੇ ਵਾਸਤੇ ਬਣਾ ਕੇ ਲਿਆਂਦਾ ਹੈ
ਤੇ ਬਹੁਤ ਹੀ ਸਾਡੀ ਸ਼ਿਕਸਤ ਹੈ ਕਿ ਅਸੀਂ ਆਪਣੇ ਜਿਹੜੇ ਇਲਾਕੇ ਦਾ ਹਲਵਾ ਹੈ ਨਾ ਉਹ ਤੁਸੀਂ ਸਾਨੂੰ ਟੇਸਟ ਕਰਵਾਈ। ਮਾਸ਼ਾਅੱਲਾ ਜੀ ਨਾ ਸਪੈਸ਼ਲ ਆਪਣੇ ਇਲਾਕੇ ਨਾਲ ਜਿਹੜਾ ਨਾ ਹਲਵਾ ਆਂਦਾ ਵੈ ਉਹ ਅੱਜ ਹਲਵਾ ਮਸ਼ਹੂਰ ਹਲਵਾ ਜੀ ਮਸ਼ਹੂਰ ਹਲਵਾ ਇਹ ਉਹੀ ਹਲਵਾ ਇਹ ਉਹੀ ਸਾਡੇ ਇਲਾਕੇ ਕੋ ਬਹੁਤ ਮਸ਼ਹੂਰ ਹੈ ਜ਼ਿਆਦਾ ਇਹ ਉਹੀ ਹਲਵਾ ਜਿਹੜਾ ਮਸ਼ਹੂਰ ਹੈ ਇਹ ਮਲਤਾਨ ਦਾ ਹਲਵਾ ਮਲਤਾਨ ਦਾ ਹਲਵਾ ਜਨਾਬ ਹੁਣ ਇਸ ਤਰ੍ਹਾਂ ਸਮਝਾਓ ਜੀ ਕਿ ਇਹ ਮਲਤਾਨ ਦਾ ਹਲਵਾ ਸਾਦਾ ਚੀਜ਼ ਜਨਾਬ ਆਪਾਂ ਬਹੁਤ ਪਸੰਦ ਆਂਦਾ ਬਿਲਕੁਲ ਜੀ ਸਾਦਾ ਬਿਲਕੁਲ ਜੀ ਦੇਸੀ ਮੌਲ ਦਾ ਜਨਾਬ ਆਪਣੀ ਚਾਹ ਲੈ ਕੇ ਆਏ ਬਸ ਇਹ ਜਾਲੇ ਸੀ ਖੋਲੋ ਯਾ ਇਹ ਤਾਂ ਦਿਲ ਹੀ ਹੈ ਪਰ ਖੋਲਨੇ ਆ ਹਲਵਾ ਸੋ ਚੈੱਕ ਕਰਨੇ ਆ ਵਕਾਸ ਸਾਹਿਬ ਸੋ ਕੈਮਰੇ ਨੂੰ ਬੈਕਗ੍ਰਾਉਂਡ ਪਰ ਜਾਓ ਜ਼ਰਾ ਤੇ ਇਹ ਹਲਵਾ ਤਰਕ ਸਣ ਤੇ ਸੀ ਕਲੋਜ਼ ਕਰੀ ਕੇ ਤੇ ਦੱਸੋ ਕਿ ਕਿਸ ਤਰ੍ਹਾਂ ਨਾਲ ਹਲਵਾ ਜਨਾਬ ਇਹਦਾ ਟੈਸਟ ਜਨਾਬ ਇੰਜੀਨੀਅਰ ਸਾਹਿਬ ਆ ਹਲਵਾ ਰੱਖੋ ਹਾਂ ਵਾਹ ਜੀ ਵਾਹ ਵਕਾਸ ਸਾਹਿਬ ਇਹ ਸੀ ਕਢੋ ਜੀ ਕਢੋ ਜੀ ਇੰਜੀਨੀਅਰ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ ਕਸ਼ਮੀਰ ਟੀਵੀ ਨੇ ਨਾਂ ਤੋਂ ਜਨਾਬ ਇਹਨਾਂ ਲਿਖਿਆ ਕਸ਼ਮੀਰ ਟੀਵੀ ਇਰਫਾਨ ਜ਼ਫਰ ਫਰਾਮ ਪਰਦੇਸ ਪੰਜਾਬ ਟੀਵੀ ਇਹ ਕਿਹੜੇ ਬੰਦੇ ਨੇ ਯੂਟਿਊਬ ਚੈਨਲ ਇਹ ਇਹਨਾਂ ਨਾਂ ਪੂਰਾ ਨਾਂ ਇਹ ਹੈ ਪਰਦੇਸ ਪੰਜਾਬ ਟੀਵੀ ਮੁਹੰਮਦ ਇਰਫਾਨ ਜਨਾਬ ਵਾਲਾ ਐਦਾਨ ਇਹ ਵੀ ਮਾਸ਼ਾਅੱਲਾ ਇਹਨਾਂ ਵੀਡੀਓ ਸ਼ੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਇਹ ਇਹਨਾਂ ਤਰਫੋਂ ਹਾਇਤ ਟੀਵੀ ਕਿਹੜੇ ਬੰਦੇ ਨਾਲ ਹਯਾਤ ਟੀਵੀ ਠੀਕ ਹੈ ਜਨਾਬ ਇਹ ਕੁਛ ਨਾ ਤੁਸਾਂ ਚੋ ਬਸ ਠੀਕ ਹੈ ਜਨਾਬ ਤੇ ਉਸ ਤੋਂ ਅੱਗੇ ਕਿਹੜਾ ਆਵੇ ਅਹਿਸਾਨ ਟੀਵੀ ਐਦਾ ਜੀ ਮਾਸ਼ਾਅੱਲਾ ਭੁੱਲ ਗਏ ਨੇ ਸਾਹਿਰ ਕਮਾਲ ਟੀਵੀ ਸਾਹਿਰ ਕਮਾਲ ਟੀਵੀ ਮਾਸ਼ਾਅੱਲਾ ਜੀ ਸਾਰੇ ਟੀਵੀ ਨੇ ਇੱਥੇ ਕਸ਼ਮੀਰ ਟੀਵੀ ਜਨਾਬ ਕਲੋਜ਼ ਕਰੋ ਤਾਂ ਕਿ ਸਾਡੇ ਵਿਊਵਰਸ ਤੱਕ ਹੀ ਸਕਣ ਸਪੈਸ਼ਲ ਜਨਾਬ ਇਹਨਾਂ ਤਿਆਰ ਕਰਕੇ ਆਉਂਦਾ ਤਾਂ ਜਨਾਬ ਇਹਨਾਂ ਨੇ ਪਿਆਰ ਮੁਹੱਬਤ ਹੈ ਤੇ ਵਕਾਸ ਸਾਹਿਬ ਮੈਂ ਹਲਵੇ ਕੀ ਰਾਮ ਨਾਲ ਇੱਕ ਸਾਡੂ ਛਿਲਸਾਂ ਇਹ ਖੁਦ ਆਪੇ ਤਿਆਰ ਕੀਤਾ ਜੀ ਮਾਸ਼ਾਅੱਲਾ ਜੀ ਆਪਣੇ ਹੱਥਾਂ ਨੇ ਕੁਆਰਿਆਂ ਹੱਥਾਂ ਨਾਲ ਇਸ ਤਾਂ ਮੈਂ ਨਾ ਐਸਾ ਮੈਂ ਦੱਸਾਂ ਕਿ ਜਨਾਬ ਵਾਲਾ ਸੋ ਬੇਫਿਕਰ ਪਹਿਲੇ ਵਕਾਸ ਸਾਹਿਬ ਕਲੋਜ਼ ਕੈਮਰਾ ਆਣੋ ਤਾਂ ਬਿਲਕੁਲ ਦੋ ਪਰ ਜ਼ੂਮ ਕਰੋ ਤਾਂ ਕਿ ਵਿਊਵਰਸ ਨੇ ਮੂੰਹਾਂ ਵਿੱਚ ਵੀ ਨਾ ਪਾਣੀ ਬਰਸੇ ਜਨਾਬ ਵਾਲਾ ਉਹਨਾਂ ਕੀ ਪਤਾ ਨਾ ਤੁਸਾਂ ਨਾ ਬੋਲੋ ਆਏ ਹਾਏ ਮੈਂ ਖੁਦ ਕਰਤਾ ਚਲੋ ਜੀ ਹੁਣ ਜਨਾਬ ਵਾਲਾ ਇਸ ਕਿਸ ਤਰੀਕੇ ਨਾਲ ਚੈੱਕ ਕੀਤਾ ਜਾਏ ਭੈਣਾ ਇੰਜੀਨੀਅਰ ਸਾਹਿਬ ਨੇ ਮੂੰਹਾਂ 'ਚ ਪਹਿਲਾਂ ਪਾਓ ਨਾ ਨਾ ਇੰਜੀਨੀਅਰ ਸਾਹਿਬ ਦੀਆਂ ਓਏ ਮਾੜਾ ਮੂੰਹ ਕਿਆ ਸਾਨਾ ਕੀੜੇ ਲੱਗੇ ਅੰਦਰ ਦਾ ਜਨਾਬ ਇਸ ਹਲਵੇ ਕੀ ਤੱਕੀ ਕਈ ਔਰ ਇਸ ਦੀ ਖੁਸ਼ਬੂ ਇਤਨੀ ਜ਼ਿਆਦਾ ਨਾ ਮਾਸ਼ਾਅੱਲਾ ਇਹਨਾਂ ਨਾਲ ਪਿਆਰ ਮੁਹੱਬਤ ਦੀ ਸਾਡੇ ਜੀ ਓਏ ਹੋਏ ਜੁੜ ਵਾਲਾ ਹਲਵਾ ਤਿਆਰ ਕਰਕੇ ਦੇਸੀ ਸਟਾਈਲ ਨਾਲ ਯਕੀਨ ਕਰੋ ਇੰਜੀਨੀਅਰ ਸਾਹਿਬ ਵਜਸਾ ਘਰੇ ਨੇ ਕਦਾ ਪੁਰਾਣੇ ਦਾਦੀ ਹੋਰੀ ਅੱਲਾ ਜਨਨ ਨਸੀਬ ਕਰਨ ਜ਼ਿੰਦਾ ਹੋਣੇ ਸਨ ਪੰਜੀਰੀ ਬਣਾਉਣੇ ਹੋਣੇ ਸਨ ਉਸਨੇ ਚੋਂ ਇੱਕ ਪਿਆਰੀ ਜੀ ਖੁਸ਼ਬੂ ਛਣੀ ਸੀ ਅੱਜ ਉਹ ਚੀਜ਼ ਮੇਰੀ ਫੀਲ ਹੋਈ ਹੈ ਜਿਸਾ ਸਾਡੇ ਘਰਾਂ ਨੇ ਬਜ਼ੁਰਗ ਬਣਾਉਣੇ ਸਨ ਉਹ ਚੀਜ਼ ਇਸਨੇ ਜੀ ਨਾਲ ਪਿਆਰ ਮੁਹੱਬਤ ਦਿਸਿਆ ਤੇ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ ਮਾਸ਼ਾਅੱਲਾ ਹੁਣ ਅੱਧਾ ਗ੍ਰਾਹ ਫਸੇ ਆ ਵੈ ਅੱਧਾ ਬਾਹਰ ਆ ਹੁਣ ਕਰਾਂ ਕਿ ਕੈਮਰਾਮੈਨ ਵਾਰੀਓ ਬਾਹਰ ਇੰਜੀਨੀਅਰ ਸਾਹਿਬ ਤੁਸੀਂ ਟੈਸਟ ਕਰੋ ਮਾਸ਼ਾਅੱਲਾ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਗਿਰੀਆਂ ਨਹੀਂ ਖਾਣੀਆਂ ਹਲਵਾ ਵੀ ਚੈੱਕ ਕਰਨਾ ਹਲਵਾ ਜ਼ਿਆਦਾ ਚੈੱਕ ਕਰਨਾ ਹਕੀਕਤ ਗੱਲ ਹੈ ਜੀ ਉਹ ਖੁਸ਼ਬੂ ਆਈ ਨਜ਼ਰ ਆਈ ਰਹੀ ਹੈ ਜਿਹੜੀ ਕਦਾ ਸਾਡੇ ਬਜ਼ੁਰਗ ਤਿਆਰ ਕਰਦੇ ਸਨ ਮਾਸ਼ਾਅੱਲਾ ਬਹੁਤ ਮਜ਼ਾ ਆ ਗਿਆ ਅਗਰ ਮਾਸ਼ਾਅੱਲਾ ਨਾ ਨਾ ਆਇਓ ਤਾਂ ਫਿਰ ਅਸੀਂ ਗੱਲ ਤੱਕ ਹੈ ਮਾਸ਼ਾਅੱਲਾ ਮਜ਼ੇਦਾਰ ਮੈਂ ਵੀ ਆਈ ਜਾਂ ਯਾ ਵੀਡੀਓ ਬਣਾਏ ਨਾ ਕਾਸਾ ਵੀ ਬਹੁਤ ਗੱਲ
ਵਕਾਸ ਸਾਹਿਬ ਦੀ ਖੁਆਇਸ਼ ਹੈ ਜੀ, ਉਹਨੂੰ ਵੀ ਇੱਥੇ ਬੁਲਾ ਲਓ ਮੀਂਹ ਚੱਕਣ ਦੇ। ਹੁਣ ਵਕਾਸ ਸਾਹਿਬ ਚੈੱਕ ਕਰਵਾ ਦੇ, ਬੜਾ ਜ਼ਬਰਦਸਤ ਕਸਮ ਹੈ, ਬੜਾ ਮਜ਼ਾ ਆਇਆ। ਵਕਾਸ ਸਾਹਿਬ ਹਲਵਾ ਕਿਆ ਪਾਉਣਾ ਹੁਣ ਇਹਦਾ ਬਾਅਦ ਚੈੱਕ ਕਰਨੇ ਬਾਹਨ ਜੀ। ਓਏ ਹੋਏ ਹੋ, ਅੱਧਾ ਕਿਲੋ ਨਾ ਬਾਈ ਸਾਰਾ ਤੂੰ ਇਹ ਖਾਈ ਜਾ ਜਨਾਬ। ਤੁਸਾਂ ਵੀ ਹੁਣ ਤੁਸਾਂ ਵੀ ਹੁਣ ਸਾਰੇ ਜਿਹੜਾ ਨਾ ਥੋੜਾ ਥੋੜਾ ਜ਼ਿਆਦਾ ਜ਼ਿਆਦਾ ਚੈੱਕ ਕਰੋ ਨਾ ਤੁਸਾਂ। ਹੁਣ ਬਗਲੂ ਸਾਹਿਬ ਦੀਆਂ ਭੱਡਾਂ ਜਿਹੜੀਆਂ ਨੇ ਦੂਰ ਨੂੰ ਚਾਹ ਨਾ ਸਾਹ ਬਣਾ ਸਾਂ ਚਾਹ ਬਣਾ ਸਾਂ ਨਵਾਬਾਂ ਨੇ ਦੋਸਤ ਬਸ ਪਿਆਰ ਮੁਹਬਤ ਹੈ ਤਾਂ ਬਾਕੀ ਸਾਡੇ ਵਿਊਵਰ ਜਨਾਬ ਤੱਕਣੇ ਲਈ ਇਹਨਾਂ ਨਾਲ ਪਿਆਰ ਮੁਹਬਤ ਹੈ ਬਸ ਇਹ ਹੈ ਸਾਡੇ ਬਸ ਇਹੀ ਹੈ ਨਾ ਜੀ। ਕੀ ਨਾ ਟਾਈਮ ਦੇ ਸਾਂ ਬਗੜੂ ਸਾਹਿਬ ਚਾਹ ਮਾਰਨੀ ਹੈ ਪਿਓਰ ਦੇਸੀ ਦੁੱਧ ਹੈ ਨੀ ਡੱਬਿਆ ਲਈ ਥੋੜਾ ਜਿਹਾ ਨਾ ਇੱਕ ਜੀ ਬਗੜੂ ਸਾਹਿਬ ਨੀ ਪਿਆਰ ਮੁਹਬਤ ਕੇ ਸਪੈਸ਼ਲ ਇਹਨਾਂ ਸਭਾਂ ਵਾਸਤੇ ਜਨਾਬ ਵਾਲਾ ਚਾਹ ਵੀ ਇਹਨਾਂ ਹੁਣ ਹੀ ਬਗੜੂ ਸਾਹਿਬ ਬਣਵਾਈ ਕੇ ਆਉਂਦੀ ਹੈ। ਇਹ ਪਿਓਰ ਦੇਸੀ ਦੁੱਧ ਹੈ ਨੀ ਹੈ ਨਾ ਬਸ ਠੀਕ ਹੈ ਜਨਾਬ। ਪੂਰਾ ਦਿਨ ਮੈਂ ਲੱਗਾ ਰਿਹਾ ਜਿਸ ਟੇਬਲ ਹੈ ਕਿ ਤੱਕਣੇ ਉਹ ਸੋ ਸ਼ਾਮੀ ਮਾਸ਼ਾਅੱਲਾ ਕਾਫੀ ਰੌਣਕ ਲੱਗੇਗੀ ਪਿਆਰ ਮੁਹਬਤ ਕਰਨ ਵਾਲੇ ਜਿਹੜੇ ਸਪੈਸ਼ਲ ਯਾਰ ਮਿਲਣੇ ਤੇ ਇਹਨਾਂ ਨੂੰ ਮੈਂ ਸ਼ੁਕਰ ਗੁਜ਼ਾਰ ਹਾਂ। ਤੇ ਟੇਬਲ ਸ਼ੀਟ ਲਾਈ ਛੋੜ ਗਿਆ ਲੇਕਿਨ ਇੱਕ ਚੀਜ਼ ਦੀ ਮਿਸਟੇਕ ਹੋਈ ਹੈ ਕਿ ਸਾਡੇ ਕੋਲ ਨਿੱਕੀ ਆ ਰਹੀ ਕੋਣੀ ਜਿਹੜੀ ਸ਼ੀਟ ਕੀ ਬਰਾਬਰ ਕਰਕੇ ਕੱਟਸਾਂ ਹੈ ਜਿਹੜੀ ਫਾਲਤੂ ਹੈ ਨੇ ਇਹ ਸ਼ੀਟ ਜ਼ਹਿਰ ਗੱਲ ਕੱਟਣੀ ਪਈ ਸੀ। ਇਹ ਸਾਡਾ ਮੈਨ ਟੇਬਲ ਹੈ ਨਾ ਸਾ ਤੱਕ ਉਹ ਕਿਤਨੀ ਪਿਆਰੀ ਔਰ ਕਿਤਨੀ ਖੂਬਸੂਰਤ ਸ਼ੀਟ ਲੱਗਣੀ ਹੈ ਇਸ ਉੱਪਰ ਲਿਆਉਣ ਬੱਕਰਾ ਟੁਕਸਾਂ ਨਾ ਆਏ ਹਾਏ 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 ਤਾਂ ਮੱਛੀ ਓਏ ਹੋਏ ਹੋਏ ਤਾਂ ਦੇਸੀ ਕੁੱਕੜ ਆਏ ਹਾਏ ਹਾਏ ਨੈਕਸਟ ਲੈਵਲ ਨਾਲ ਜਨਾਬ ਮਜ਼ਾ ਆਉਸ ਇਸ ਨਾ ਫਾਇਦਾ ਇਹ ਹੈ ਕਿ ਜਿੱਧਰ ਦਿਲ ਹੈ ਇਸਕੀ ਚਾਹੀਏ ਵੀ ਅਸਾਂ ਖੜੀ ਸਕਣੇ ਹਾਂ ਜਿਲ੍ਹਾ ਇੱਥੇ ਕੰਮ ਨਾ ਰਿਹਾ ਘਰ ਚ ਹੀ ਖੜਸਾ ਚਲੋ ਅੱਗੇ ਹੋਰ ਸਾਡੇ ਕਈ ਪ੍ਰੋਜੈਕਟ ਇਨਸ਼ਾਅੱਲਾ ਉਸ ਸਨ ਤਾਂ ਉਹਨਾਂ ਚ ਕੰਮ ਦੇਈ ਜਾ ਸੀ। ਬਹਰਹਾਲ ਤੁਸੀਂ ਇਹ ਟੇਬਲ ਕੀ ਅਜਿਹਾ ਲੱਗਾ ਮਜ਼ੀਦ ਕੁਛ ਹੈ ਨੈਕਸਟ ਵੀਡੀਓ ਚ ਇਨਸ਼ਾਅੱਲਾ ਇਸੇ ਉੱਪਰ ਜਨਾਬ ਸੇ ਕਟਿੰਗ ਕਰੀਏ ਚੈੱਕ ਕਰਾਸਾਂ ਵੀ ਇਹ ਟੇਬਲ ਕੋ ਆਮ ਨਾ ਸਮਝੇ ਹੁਣ ਮੈਂ ਪੂਰਾ ਵਜ਼ਨ ਵੀ ਸੱਟਾ ਨਾ ਤਾਂ ਵੀ ਇਹ ਟੇਬਲ ਇਤਨਾ ਮਜ਼ਬੂਤ ਮਾਸ਼ਾਅੱਲਾ ਹੋਈ ਗਿਆ ਵੈ ਤੇ ਆਪਣੀਆਂ ਦੁਆਵਾਂ ਚ ਰੱਖਿਆ ਯਾਦ ਅੱਲਾ ਸੁਣੇ ਨੇ ਵਾਲਾ ਹੈ। ਅਗਰ ਕੁਛ ਸਪੈਸ਼ਲੀ ਤੇ ਵੀਡੀਓ ਤੱਕਣਾ ਚਾਹੁੰਦੇ ਹੋ ਆਪਣੀ ਮਰਜ਼ੀ ਨੇ ਜਨਾਬ ਕੇਵ ਹਾਊਸ ਵਿੱਚ ਕਮੈਂਟ ਕਰੀਏ ਜ਼ਰੂਰ ਦੱਸਿਆ। ਮੈਂ ਸੋਚੀ ਰਿਹਾ ਵਾਂ ਕਿ ਇੱਥੇ ਇੱਕ ਪੂਰੀ ਰਾਤ ਰਹੀ ਗਿਆ ਜਨਾਬ ਕੇਵ ਹਾਊਸ ਨੂੰ ਤੁਸਾਂ ਕੀ ਸਾਰਾ ਦੱਸਾਂ ਕਿ ਰਾਤੀ ਇੱਥੇ ਜਨਾਬ ਵਾਲਾ ਕੀ ਹੈ ਜੀ ਕੈਫੀਅਤ ਹੋਣੀ ਹੈ ਤੇ ਕੈਸਾ ਮਾਹੌਲ ਹੋਣਾ ਆਪਣੀਆਂ ਦੁਆਵਾਂ 'ਚ ਰੱਖਿਆ ਯਾਦ ਅੱਲਾ ਸੋਹਣੇ ਨੇ ਵਾਲਾ।